ਭਾਰਤੀ ਰਿਜ਼ਰਵ ਬੈਂਕ RBI ਨੇ ਕੋਰੋਨਾ ਵਾਇਰਸ ਲੋਕਡਾਊਨ ਵਿਚਕਾਰ ਸ਼ੁੱਕਰਵਾਰ ਨੂੰ ਵੱਡੀ ਰਾਹਤ ਦਿੱਤੀ ਹੈ। ਬੈਂਕ ਦੇ ਲੋਨ ਦਰਾਂ ਨਾਲ ਜੁੜੀ ਸਭ ਤੋਂ ਪ੍ਰਮੁੱਖ ਦਰ ਰੈਪੋ ਰੇਟ ਵਿੱਚ 0.75% ਦੀ ਕਟੌਤੀ ਕਰ ਦਿੱਤੀ ਗਈ ਹੈ। ਇਸ ਨਾਲ ਸਾਰੇ ਤਰ੍ਹਾਂ ਦੇ ਲੋਨ ਸਸਤੇ ਹੋਣਗੇ, ਨਾਲ ਹੀ ਤੁਹਾਡੀ EMI ਵੀ ਘਟਣ ਜਾ ਰਹੀ ਹੈ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਕੋਰੋਨਾ ਵਾਇਰਸ ਤ੍ਰਾਸਦੀ ਨੂੰ ਲੈ ਕੇ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਕਦੇ ਨਹੀਂ ਦੇਖੇ ਗਏ ਹਨ। ਵਿਸ਼ਵ ਭਰ ਦੀ ਇਕਨੋਮੀ ਲਈ ਇਹ ਮੁਸ਼ਕਿਲ ਵਕਤ ਹੈ। ਰੈਪੋ ਦਰ 5.15% ਤੋਂ ਘਟਾ ਕੇ 4.40% ਕਰ ਦਿੱਤੀ ਗਈ ਹੈ। ਰਿਵਰਸ ਰੈਪੋ ਦਰ ਵੀ 0.90% ਘਟਾ ਕੇ 4% ਕਰ ਦਿੱਤੀ ਗਈ ਹੈ। ਰੈਪੋ ਰੇਟ ਉਹ ਦਰ ਹੈ ਜਿਸ 'ਤੇ ਵਪਾਰਕ ਬੈਂਕ ਰੋਜ਼ਾਨਾ ਜ਼ਰੂਰਤ ਲਈ RBI ਤੋਂ ਉਧਾਰ ਲੈਂਦੇ ਹਨ। ਇਸ ਵਿੱਚ ਕਮੀ ਹੋਣ ਨਾਲ ਬੈਂਕਾਂ ਦੀ ਲਾਗਤ ਘੱਟ ਹੋ ਜਾਂਦੀ ਹੈ ਅਤੇ ਇਸ ਦਾ ਫਾਇਦਾ ਗ੍ਰਾਹਕਾਂ ਨੂੰ ਮਿਲਦਾ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ TV।